ਦੋਸਤੋ, ਅਮਰ ਸਿੰਘ ਚਮਕੀਲਾ ਬਾਰੇ ਆਪਾਂ ਲਗਾਤਾਰ ਕੁਝ ਦਿਨਾਂ ਤੋਂ ਕੁਝ ਵੀਡੀਓ ਵਿੱਚ ਗੱਲਬਾਤ ਕਰਦੇ ਆ ਰਹੇ ਹਾਂ ਉਹਨਾਂ ਦੀ ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਬਾਰੇ। ਸੋ ਦੋਸਤੋ, ਉਸੇ ਲੜੀ ਨੂੰ ਅੱਗੇ ਤੋਰਦੇ ਹੋਏ ਆਪਾਂ ਸਰਦਾਰ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ 'ਤੇ ਝਾਤ ਮਾਰਨ ਦੇ ਲਈ ਇੱਕ ਹੋਰ ਵੀਡੀਓ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ। ਉਮੀਦ ਆ ਕਿ ਇਹ ਵੀਡੀਓ ਕਾਫੀ ਜ਼ਿਆਦਾ ਇੰਟਰਸਟਿੰਗ ਹੋਣ ਵਾਲੀ ਆ, ਸੋ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖਣਾ। ਸੋ ਦੋਸਤੋ, ਦੱਸ ਦੇਵਾਂ ਕਿ ਅਮਰ ਸਿੰਘ ਚਮਕੀਲਾ ਦੀਆਂ ਦੋ ਭੈਣਾਂ ਸੀ ਅਤੇ ਤਿੰਨ ਭਰਾ ਸੀ ਅਮਰ ਸਿੰਘ ਚਮਕੀਲਾ ਹੋਰੀ। ਅਮਰ ਸਿੰਘ ਚਮਕੀਲਾ ਉਹਨਾਂ ਦੇ ਵਿੱਚੋਂ ਸਭ ਤੋਂ ਵੱਡੇ ਸੀ, ਉਹਨਾਂ ਤੋਂ ਛੋਟੇ ਸੀ ਲਸ਼ਕਰ ਅਤੇ ਉਹਨਾਂ ਤੋਂ ਛੋਟੇ ਆ ਤਾਰੀ। ਸੋ ਦੋਸਤੋ, ਇਸ ਵੀਡੀਓ ਵਿੱਚ ਆਪਾਂ ਤਾਰੀ ਦੁਆਰਾ ਤਾਜ਼ਾ ਕੀਤੀਆਂ ਹੋਈਆਂ ਅਮਰ ਸਿੰਘ ਚਮਕੀਲੇ ਦੀਆਂ ਕੁਝ ਯਾਦਾਂ ਤੁਹਾਡੇ ਨਾਲ ਸਾਂਝੀਆਂ ਕਰਨ ਵਾਲੇ ਹਾਂ, ਕਿਉਂਕਿ ਤਾਰੀ ਜੋ ਕਿ ਉਹਨਾਂ ਦਾ ਭਰਾ, ਉਹ ਬਚਪਨ ਦੇ ਵਿੱਚ ਦੁਗਰੀ ਦੇ ਵਿੱਚ ਚਮਕੀਲੇ ਦੇ ਨਾਲ ਬਚਪਨ ਤੋਰਿਆ। ਸੋ ਇਹ ਗੱਲਾਂ ਅਤੇ ਇਹ ਯਾਦਾਂ ਤਾਰੀ ਨੇ ਆਪਣੇ ਵੱਡੇ ਭਰਾ ਚਮਕੀਲੇ ਬਾਰੇ ਦੱਸੀਆਂ। ਸੋ ਤੁਹਾਨੂੰ ਉਮੀਦ ਆ ਕਿ ਇਹ ਗੱਲਾਂ ਜੋ ਚਮਕੀਲੇ ਦੇ ਬਚਪਨ ਦੀਆਂ ਤੁਹਾਨੂੰ ਪਸੰਦ ਆਉਣਗੀਆਂ। ਸੋ ਦੋਸਤੋ, ਮੈਂ ਆਪਣੇ ਬਾਰੇ ਦੱਸ ਦੇਵਾਂ ਕਿ ਮੇਰਾ ਨਾਮ ਹੈ ਰਜਿੰਦਰ ਬਰਾੜ ਅਤੇ ਤੁਸੀਂ ਦੇਖ ਰਹੇ ਹੋ RB ਪੰਜਾਬੀ ਫਨ ਚੈਨਲ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਅਤੇ ਚਮਕੀਲੇ ਬਾਰੇ ਨੀਚੇ ਇੱਕ ਕਮੈਂਟ ਕਰਨਾ ਨਹੀਂ ਭੁੱਲਣਾ। ਸੋ ਦੋਸਤੋ, ਦੱਸ ਦਈਏ ਕਿ ਅਮਰ ਸਿੰਘ ਚਮਕੀਲਾ ਦਾ ਇਸ ਟਾਈਮ ਜਿਹੜਾ ਪਰਿਵਾਰ, ਉਹਨਾਂ ਦੇ ਭਰਾ ਜਾਂ ਉਹਨਾਂ ਦੀ ਪਹਿਲੀ ਪਤਨੀ ਜਿਸਦਾ ਨਾਮ ਕਿ ਗਰਮੇਲ ਕੌਰ ਆ, ਉਹ ਪਿੰਡ ਦੁਗਰੀ ਦੇ ਵਿੱਚ ਰਹਿ ਰਹੇ ਆ ਅਤੇ ਤਾਰੀ ਨੇ ਦੱਸਿਆ ਕਿ ਉਹ ਉਹਨਾਂ ਦੀ ਪਹਿਲੀ ਪਤਨੀ ਗਰਮੇਲ ਕੌਰ ਉਹਨਾਂ ਦੇ ਨਾਲ ਸਾਰੀ ਫੈਮਿਲੀ ਇਕੱਠੀ ਰਹਿ ਰਹੀ ਹੈ ਦੁਗਰੀ ਦੇ ਵਿੱਚ। ਇਹ ਉਹੀ ਘਰ ਦੇ ਵਿੱਚ ਰਹਿ ਰਹੇ ਜਿੱਥੇ ਚਮਕੀਲੇ ਨੇ ਆਪਣਾ ਬਚਪਨ ਗੁਜ਼ਾਰਿਆ ਅਤੇ ਬਾਅਦ ਵਿੱਚ ਉਹਨਾਂ ਦਾ ਉੱਥੇ ਹੀ ਵਿਆਹ ਹੋਇਆ। ਉਹਨਾਂ ਦਾ ਵਿਆਹ ਗਰਮੇਲ ਕੌਰ ਦੇ ਨਾਲ ਹੋਇਆ ਜੋ ਕਿ ਪਿੰਡ ਨੰਗਲ ਦੀ ਰਹਿਣ ਵਾਲੀ ਸੀ, ਅਤੇ ਬਾਅਦ ਵਿੱਚ ਉਹਨਾਂ ਨੇ ਵਿਆਹ ਬੀਬੀ ਅਮਰਜੋਤ ਨਾਲ ਕਰਾ ਲਿਆ। ਪਹਿਲਾ ਵਿਆਹ ਉਹਨਾਂ ਦਾ ਗਰਮੇਲ ਕੌਰ ਨਾਲ ਹੀ ਹੋਇਆ ਸੀ। ਸੋ ਤਾਰੀ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਮਰ ਸਿੰਘ ਚਮਕੀਲਾ ਸਿਰਫ 6 ਕਲਾਸਾਂ ਪੜ੍ਹਿਆ ਹੋਇਆ ਸੀ, ਪਰ ਕੋਈ ਉਹਨਾਂ ਨੂੰ ਦੇਖ ਕੇ ਨਹੀਂ ਕਹਿ ਸਕਦਾ ਸੀ ਕਿ ਉਹ ਸਿਰਫ 6 ਕਲਾਸਾਂ ਪੜ੍ਹਿਆ, ਕਿਉਂਕਿ ਜੋ ਉਹਨਾਂ ਦੀ ਸੋਚ ਸੀ, ਜੋ ਉਹਨਾਂ ਦਾ ਰਹਿਣ ਸਹਿਣ ਦਾ ਤਰੀਕਾ ਸੀ, ਜੋ ਲੋਕਾਂ ਦੇ ਨਾਲ ਮਿਲਣ ਦਾ ਤਰੀਕਾ ਸੀ, ਉਹ ਕਾਫੀ ਜ਼ਿਆਦਾ ਐਜੂਕੇਟਡ ਪਰਸਨ ਵਾਲਾ ਸੀ ਅਤੇ ਉਹਨਾਂ ਨੂੰ ਜਿਹੜਾ ਲਿਖਣ ਦਾ ਸ਼ੌਂਕ ਸੀ ਉਹ ਬਚਪਨ ਤੋਂ ਹੀ ਪੈ ਗਿਆ। ਉਹਨਾਂ ਨੇ ਪਹਿਲਾਂ ਸੁਰਿੰਦਰ ਸ਼ਿੰਦਾ ਨੂੰ ਆਪਣੇ ਗੀਤ ਦਿੱਤੇ ਲਿਖੇ ਹੋਏ ਜੋ ਕਿ ਸੁਰਿੰਦਰ ਸ਼ਿੰਦਾ ਦੀ ਆਵਾਜ਼ ਦੇ ਵਿੱਚ ਗਾਏ ਗਏ ਅਤੇ ਸੁਪਰ ਡੁਪਰ ਹਿੱਟ ਉਹ ਸੌਂਗ ਰਹੇ। ਸ਼ਿੰਦਾ ਵੀ ਉਹਨਾਂ ਗੀਤਾਂ ਕਰਕੇ ਹੀ ਸਟਾਰ ਬਣਿਆ ਸੀ ਅਤੇ ਬਾਅਦ ਵਿੱਚ ਚਮਕੀਲਾ ਖੁਦ ਗਾਇਕੀ ਦੇ ਖੇਤਰ ਵਿੱਚ ਕੁੱਦ ਪਿਆ ਅਤੇ ਦਿਨਾਂ ਦੇ ਵਿੱਚ ਹੀ ਆਪਣੀ ਗਾਇਕੀ ਕਰਕੇ, ਆਪਣੀ ਗੀਤਕਾਰੀ ਕਰਕੇ ਸਟਾਰ ਬਣ ਗਿਆ ਸੀ। ਜਦੋਂ ਉਹਨਾਂ ਦੇ ਬਚਪਨ ਬਾਰੇ ਪੁੱਛਿਆ ਗਿਆ ਤਾਂ ਤਾਰੀ ਨੇ ਦੱਸਿਆ ਕਿ ਉਹ ਬਚਪਨ ਦੇ ਵਿੱਚ ਆਪਣੇ ਨੇੜੇ ਧਰਮਸ਼ਾਲਾ ਉੱਥੇ ਜਾ ਕੇ ਡਰਾਮੇ ਕਰਦੇ ਹੁੰਦੇ ਸੀ ਜਾਂ ਡਰਾਮਿਆਂ ਦੇ ਵਿੱਚ ਗੀਤ ਗਾਇਆ ਕਰਦੇ ਸੀ। ਉਸ ਤੋਂ ਇਹਨਾਂ ਦਾ ਸ਼ੌਂਕ ਵੱਧਦਾ ਗਿਆ ਅਤੇ ਇਹ ਗੀਤਕਾਰੀ ਤੋਂ ਬਾਅਦ ਸਿੰਗਿੰਗ ਦੇ ਵਿੱਚ ਆ ਗਏ। ਜਦੋਂ ਤਾਰੀ ਦੇ ਨਾਲ ਇਹ ਗੱਲ ਕੀਤੀ ਗਈ ਕਿ ਜਦੋਂ ਚਮਕੀਲੇ ਦੀ ਮੌਤ ਹੋ ਗਈ ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਦਾ ਇੰਨਾ ਜ਼ਿਆਦਾ ਸਮਾਂ ਕਿਵੇਂ ਲੰਘਿਆ ਅਤੇ ਉਹਨਾਂ ਦੇ ਘਰ ਦੇ ਹਾਲਾਤ ਕੀ ਸੀ, ਤਾਂ ਤਾਰੀ ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਹਾਲਾਤ ਕੋਈ ਬਹੁਤ ਚੰਗੇ ਨਹੀਂ ਸੀ, ਕਿਉਂਕਿ ਉਹਨਾਂ ਦਾ ਘਰ ਆ ਜਿਹੜਾ ਚਮਕੀਲੇ ਦੀ ਕਮਾਈ ਦੇ ਨਾਲ ਕਾਫੀ ਜ਼ਿਆਦਾ ਚੱਲ ਰਿਹਾ ਸੀ, ਕਾਫੀ ਵਧੀਆ ਉਹਨਾਂ ਦਾ ਜੀਵਨ ਪੱਧਰ ਚੱਲ ਰਿਹਾ ਸੀ। ਪਰ ਚਮਕੀਲੇ ਦੀ ਮੌਤ ਤੋਂ ਬਾਅਦ ਉਹਨਾਂ ਦਾ ਜਿਹੜਾ ਸਾਰਾ ਪਰਿਵਾਰ ਸੀ ਕਾਫੀ ਜ਼ਿਆਦਾ ਡਾਵਾਂਡੋਲ ਰਿਹਾ। ਉਹਨਾਂ ਦੇ ਬੱਚਿਆਂ ਦਾ, ਉਹਨਾਂ ਦੇ ਪਰਿਵਾਰ ਦਾ ਪਾਲਣ ਪੋਸ਼ਣ ਕਾਫੀ ਔਖਾ ਚੱਲਿਆ। ਸੋ ਉਹਨਾਂ ਨਾਲ ਗੱਲ ਕੀਤੀ ਗਈ ਕਿ ਕੀ ਕੁਝ ਜਿਹੜੇ ਲੋਕ ਚਮਕੀਲੇ ਦਾ ਨਾਮ ਲੈ ਕੇ ਹਿੱਟ ਹੋ ਰਹੇ ਆ, ਕਦੇ ਉਹ ਮਦਦ ਦੇ ਲਈ ਤੁਹਾਡੇ ਕੋਲ ਆਏ ਆ ਜਾਂ ਚਮਕੀਲੇ ਦੀਆਂ ਯਾਦਾਂ ਸਾਂਝੀਆਂ ਕਰਨ ਲਈ ਤੁਹਾਡੇ ਕੋਲ ਆਏ ਆ, ਤਾਂ ਉਹਨਾਂ ਨੇ ਕਿਹਾ ਕਿ ਕੋਈ ਵੀ ਇੱਦਾਂ ਦਾ ਬੰਦਾ ਉਹਨਾਂ ਕੋਲ ਨਹੀਂ ਆਇਆ ਜੋ ਉਹਨਾਂ ਦੀ ਮਦਦ ਕਰ ਸਕੇ ਜਾਂ ਉਹਨਾਂ ਦਾ ਹਾਲ ਚਾਲ ਪੁੱਛ ਸਕੇ, ਕਦੇ ਵੀ ਕੋਈ ਨਹੀਂ ਆਇਆ। ਆਪਾਂ ਦੇਖਦੇ ਹਾਂ ਦੋਸਤੋ, ਕੋਈ ਗੀਤਾਂ ਦੀ ਗੱਲ ਕਰ ਲਈਏ, ਫਿਲਮਾਂ ਦੀ ਗੱਲ ਕਰ ਲਈਏ, ਤਾਂ ਕਾਫੀ ਸਾਰੇ ਸਿੰਗਰ ਅਮਰ ਸਿੰਘ ਚਮਕੀਲੇ ਦੇ ਗੀਤਾਂ ਨੂੰ, ਉਹਨਾਂ ਦੀ ਕੰਪੋਜੀਸ਼ਨ ਨੂੰ ਆਪਣੇ ਗੀਤਾਂ ਦੇ ਵਿੱਚ ਵਰਤ ਕੇ ਸਟਾਰ ਬਣ ਰਹੇ ਆ, ਪਰ ਉਹਨਾਂ ਨੂੰ ਇਹ ਵੀ ਚਾਹੀਦਾ ਕਿ ਉਹ ਚਮਕੀਲਾ ਦੇ ਪਰਿਵਾਰ ਦਾ ਹਾਲ ਜ਼ਰੂਰ ਪੁੱਛਣ। ਜੇਕਰ ਤੁਸੀਂ ਅਮਰ ਸਿੰਘ ਚਮਕੀਲੇ ਵਰਗੇ ਸਟਾਰ ਦੇ ਗੀਤਾਂ ਨੂੰ ਲੈ ਕੇ, ਉਹਨਾਂ ਦੀ ਕੰਪੋਜੀਸ਼ਨ ਨੂੰ ਲੈ ਕੇ ਅੱਗੇ ਵੱਧ ਰਹੇ, ਤਾਂ ਥੋੜ੍ਹਾ ਜਿਹਾ ਫਰਜ਼ ਇਹ ਵੀ ਬਣਦਾ ਕਿ ਉਹਨਾਂ ਦੇ ਪਰਿਵਾਰ ਦਾ ਹਾਲ ਚਾਲ ਵੀ ਪੁੱਛ ਲਿਆ ਜਾਵੇ ਅਤੇ ਹੋ ਸਕੇ ਤਾਂ ਉਹਨਾਂ ਦੀ ਥੋੜ੍ਹੀ ਬਹੁਤ ਮਦਦ ਵੀ ਕਰ ਦਿੱਤੀ ਜਾਵੇ। ਸੋ ਦੋਸਤੋ, ਕਹਿ ਸਕਦੇ ਹਾਂ ਕਿ ਸਮਾਂ ਤਾਂ ਲੰਘ ਜਾਂਦਾ, ਕਿਉਂਕਿ ਕਹਿੰਦੇ ਹੁੰਦੇ ਆ ਕਿ ਪਰਮਾਤਮਾ ਨੇ ਜਦੋਂ ਇਨਸਾਨ ਨੂੰ ਜਨਮ ਦਿੱਤਾ ਤਾਂ ਉਸਦਾ ਦਾਣਾ ਪਾਣੀ ਲਿਖਿਆ ਹੁੰਦਾ, ਪਰ ਜਦੋਂ ਕੋਈ ਇਨਸਾਨ ਆਪਣਿਆਂ ਤੋਂ ਇੱਕਦਮ ਦੂਰ ਹੁੰਦਾ ਜੋ ਸਾਰੇ ਪਰਿਵਾਰ ਨੂੰ ਚਲਾ ਰਿਹਾ ਹੁੰਦਾ, ਤਾਂ ਉਸਦਾ ਕੁਝ ਟਾਈਮ ਦੇ ਲਈ ਜਾਂ ਕਹਿ ਸਕਦੇ ਹਾਂ ਕੁਝ ਸਮੇਂ ਦੇ ਲਈ ਜਿਉਣਾ ਮੁਸ਼ਕਲ ਹੋ ਜਾਂਦਾ। ਸੋ ਚਮਕੀਲਾ ਵੀ ਇੱਦਾਂ ਹੀ ਸੀ ਆਪਣੀ ਫੈਮਿਲੀ ਦੇ ਲਈ, ਕਿਉਂਕਿ ਉਹੀ ਸਾਰੀ ਫੈਮਿਲੀ ਨੂੰ ਚਲਾ ਰਹੇ ਸੀ। ਸੋ ਜਿੰਨਾ ਘੱਟ ਆਪਾਂ ਲੋਕਾਂ ਨੂੰ ਸਮਝਦੇ ਹਾਂ ਜੋ ਚਮਕੀਲੇ ਦੇ ਗੀਤਾਂ ਨੂੰ ਪਿਆਰ ਕਰਦੇ ਸੀ, ਉਸ ਤੋਂ ਕਈ ਗੁਣਾ ਜ਼ਿਆਦਾ ਚਮਕੀਲੇ ਦੀ ਫੈਮਿਲੀ ਨੂੰ ਘਾਟਾ ਉਸ ਟਾਈਮ ਪਿਆ ਸੀ, ਕਿਉਂਕਿ ਸਾਰੀ ਫੈਮਿਲੀ ਚਮਕੀਲੇ ਦੇ ਸਿਰ 'ਤੇ ਚੱਲਦੀ ਸੀ, ਚਮਕੀਲਾ ਹੀ ਸਾਰੀ ਫੈਮਿਲੀ ਦਾ ਪਾਲਣ ਪੋਸ਼ਣ ਕਰ ਰਿਹਾ ਸੀ। ਸੋ ਉਮੀਦ ਆ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ। ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲੋ, ਲਾਈਕ ਜ਼ਰੂਰ ਕਰੋ ਅਤੇ ਇੱਕ ਕਮੈਂਟ ਕਰਕੇ ਚਮਕੀਲੇ ਬਾਰੇ ਕਮੈਂਟਸ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਲਿਖੋ। ਇਸ ਤੋਂ ਇਲਾਵਾ ਹੋਰ ਵੀਡੀਓਜ਼ ਦੇ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਕਿਉਂਕਿ ਵੀਰੇ ਮੈਂ ਇੱਦਾਂ ਦੀਆਂ ਵੀਡੀਓਜ਼ ਹਰ ਰੋਜ਼ ਲੈ ਕੇ ਆਉਂਦਾ ਰਹਿੰਦਾ ਜੋ ਕਿ ਪੰਜਾਬੀ ਦੇ ਵਿੱਚ ਹੁੰਦੀਆਂ। ਥੈਂਕ ਯੂ ਸੋ ਮੱਚ।